ਮੈਨੂੰ ਮੇਰੇ ਗੱਲ ਮੈਨੂੰ ਉਦੋਂ ਦਾ ਆਂਦਾ ਕਿ ਚਾਚੀ ਨੰਬਰ ਮੈਂ ਦਿੱਤਾ ਮੈਨੂੰ ਜਿੱਦਣ ਨਾ ਜਿੱਦਣ ਗੱਲ ਹੋਈ ਨਾ ਉਦੋਂ ਆਂਦਾ ਕਿ ਚਾਚੀ ਨੰਬਰ ਮੇਰੇ ਤੋਂ ਦਿੱਤਾ ਗਿਆ ਈ ਮੈਂ ਦਿੱਤਾ ਈ ਨੰਬਰ ਤੇ ਤੂੰ ਹੁਣ ਜਿਹੜੀ ਗੱਲ ਹੋ ਗਈ ਆ ਤੂੰ ਮਿੱਟੀ ਪਾ ਦੇ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਇਹ ਆਖ ਨਹੀਂ ਸਕਦਾ ਆਹੋ ਯਾਰ ਮੈਨੂੰ ਦੱਸ ਦਿੰਦਾ ਚੱਲ ਨਹੀਂ ਤੈਨੂੰ ਮੈਨੂੰ ਤਾਂ ਤੂੰ ਰਾਤੀ ਮੁੜ ਕੇ ਮੈਂ ਕਿਹਾ ਤੂੰ ਮੈਨੂੰ ਉਦੋਂ ਦਾ ਦੱਸਿਆ ਕਿਹੜੀ ਗੱਲ ਹੋਣੀ ਤੇ ਮੈਂ ਆਪਾਂ ਤੇ ਮੈਂ ਆਪਾਂ ਕਿਤੇ ਉਹਨੇ ਆਪਾਂ ਨੂੰ ਕਿਤੇ ਅੱਗੇ ਨਾ ਤੇ ਕਦੀ ਆਖਿਆ ਮਾੜਾ ਚੰਗਾ ਤੇ ਹੁਣ ਆਪਾਂ ਨੂੰ ਕੀ ਆਖ ਲੱਗੇ ਘਰੇ ਚੱਲ ਜਾਂਦੇ ਜਦ ਗੱਲ ਹੀ ਆਪਾਂ ਘਰੇ ਆ ਜਾਂਦਾ ਫਿਰ ਕੀ ਮੈਂ ਨਹੀਂ ਤਾਂ ਅੱਗੇ ਨਹੀਂ ਘਰੇ ਆਉਂਦਾ ਅੱਗੇ ਵੀ ਤਾਂ ਘਰੇ ਆਉਂਦਾ ਸੀ ਅੱਗੇ ਤਾਂ ਘਰੇ ਆਉਂਦਾ ਹੁਣ ਮੰਨ ਗਿਆ ਕਿ ਮੈਂ ਆਪ ਦਿੱਤਾ ਨੰਬਰ ਆਹ ਮੰਨ ਗਿਆ ਕਿੱਥੇ ਹੋਣੇ ਉਹ ਤੇ ਉੱਥੇ ਖਾਲੜੇ ਹੀ ਆ ਕਰਮ ਦਾ ਮਾਰਾ ਨੀ ਆਇਆ ਫੇਰ ਅੱਜ ਖਾਲੜੇ ਬੈਠਾ ਹੈ ਸ਼ਰਮ ਦਾ ਮਾਰਾ ਹੀ ਨਹੀਂ ਆਇਆ ਆ ਚਰਮਾ ਮੈਂ ਰੋਟੀ ਲੈ ਕੇ ਫੇਰ ਇਹਦੀ ਚੱਲਿਆ ਤੂੰ ਜਿਹੜੀ ਤੂੰ ਮੇਰੇ ਨਾਲ ਕੀਤੀ ਆ ਪਹਿਲਾਂ ਮੈਨੂੰ ਤੂੰ ਦੱਸ ਜਿਹੜੀ ਤੂੰ ਮੇਰੇ ਨਾਲ ਕੀਤੀ ਉਹ ਦੱਸ ਬਲ ਤੂੰ ਮੇਰੇ ਨਾਲ ਕੀ ਕਰਾਉਣ ਪਿਆ ਮੈਂ ਨਾ ਵੀ ਮੇਰੀ ਤੇ ਗੱਲ ਸੁਣੇਗੀ ਪਹਿਲਾਂ ਮੇਰੀ ਸੋਨਾ ਚੱਲ ਫੇਰ ਤੂੰ ਜੋ ਮਰਜ਼ੀ ਆ ਲਈ ਨਹੀਂ ਹਾਂ ਚਾ ਤੂੰ ਹੁਣ ਮੈਨੂੰ ਤੂੰ ਦੱਸ ਮੇਰੇ ਨਾਲ ਤੂੰ ਕੀ ਕਰਾਉਣ ਪਿਆ ਹਾਂ ਮੈਂ ਕਰਾਉਣ ਨਹੀਂ ਪਿਆ ਚਲੋ ਬੰਦੇ ਤੋਂ ਚਾਚੀ ਗਲਤੀ ਹੋ ਜਾਂਦੀ ਹੈ ਗਲਤੀ ਮੰਨਣ ਦਾ ਸੋਨਾ ਜੋ ਕਰਨਾ ਚੱਲ ਜਿਤਨਾ ਦਵਾਨੀ ਉਤਰਾ ਕਰ ਲਾ ਮੈਂ ਸ਼ਰਮ ਦਾ ਮਾਰੇ ਨਹੀਂ ਤੇਰੇ ਮੱਥੇ ਲੱਗਣ ਦਾ ਮੈਂ ਤੈਨੂੰ ਦੱਸਾਂ ਜੀ ਹੁਣ ਮੈਂ ਤੈਨੂੰ ਫੇਰ ਸ਼ਾਨੇ ਮਿਸਤਰੀ ਘਰੇ ਤੈਨੂੰ ਮੈਂ ਤਾਂ ਕਿਸ਼ਤਾਂ ਲੈਣ ਗਈ ਮੈਂ ਫੇਰ ਤੈਨੂੰ ਉਹਨਾਂ ਦੇ ਬੂਹੇ ਗਾੜੀ ਵੇਖ ਲਿਆ ਆ ਫੇਰ ਤੂੰ ਫੇਰ ਤੂੰ ਉਹਦਾ ਖਹਿੜਾ ਫੇਰ ਨਹੀਂ ਛੱਡਣ ਦਿਆ ਤੇ ਮੇਰੀ ਤੇ ਗੱਲ ਸੁਣਾ ਹੁਣ ਚੱਲ ਜਿੱਦਾਂ ਤੂੰ ਆਨੀ ਫਿਰ ਉਦਾਂ ਕਰ ਲਈ ਨਾ ਤੂੰ ਦੱਸ ਵੀ ਪਰ ਨਹੀਂ ਜਿੰਨਾ ਮੈਂ ਤੇਰਾ ਗੁਣ ਕੀਤਾ ਸੀ ਨਾ ਮੈਂ ਤੈਨੂੰ ਮੈਂ ਜੇ ਤੂੰ ਫਿਰ ਮੈਂ ਨਾ ਮੇਰੇ ਮਨ ਮਨ ਮੈਂ ਕਿਤੇ ਨਹੀਂ ਆਂਦਾ ਮੈਨੂੰ ਸਾਰੇ ਸਾਰੇ ਲਾਂਤਾ ਹੀ ਪਾਉਣ ਡੇ ਵੀ ਗੁਣ ਤੂੰ ਮੇਰੇ ਨਾਲ ਬੜੇ ਕੀਤੇ ਆ ਚੱਲ ਆਪਾਂ ਉਧਰੋਂ ਦੀ ਬੜਾ ਵਰਤੇ ਚੱਲ ਹੁਣ ਵਿਗੜ ਗਈ ਆ ਤੇ ਬਾਕੀ ਚੱਲ ਹੁਣ ਕੋਈ ਨੀ ਜੇ ਮੈਂ ਤੈਨੂੰ ਤੂੰ ਵੀ ਮੇਰੀ ਮਾਵਾਂ ਅਰ ਗਈ ਆ ਹੁਣ ਗਲਤੀ ਚੱਲ ਮੇਰੇ ਤੋਂ ਹੋ ਗਈ ਗਲਤੀ ਮਾਫ਼ ਕਰਨ ਵਾਲਾ ਚੱਲ ਵੱਡਾ ਹੁੰਦਾ ਫਿਰ ਵੀ ਚੱਲ ਮੈਂ ਪੁੱਤਾਂ ਤੋਂ ਗਲਤੀ ਹੋ ਜਾਂਦੀ ਆ ਤੇ ਹੁਣ ਚੱਲ ਜੇ ਤੂੰ ਮੰਨ ਲਾ ਉਹਨੇ ਪੁੱਤ ਮਾਂ ਨੇ ਪੁੱਤ ਕਪੁੱਤ ਹੋ ਜਾਂਦੇ ਮਾਂ ਨੀ ਹੁੰਦੀ ਹੁਣ ਵੇਖ ਲਾ ਫਿਰ ਜੋ ਤੂੰ ਨੀ ਓਦਾਂ ਕਰ ਲਾ ਰਹਿ ਨੰਬਰ ਮੈਂ ਗਲਤੀ ਕੀਤੀ ਬੜੀ ਤਗੜੀ ਨੰਬਰ ਦਿੱਤਾ ਉਹਨੂੰ ਮੈਂ ਤੈਨੂੰ ਦੱਸਾਂ ਜੀ ਤੂੰ ਕੀ ਸੋਚ ਕੇ ਨੰਬਰ ਦਿੱਤਾ ਕਮਲਿਆ ਤੂੰ ਦੇਣਾ ਹੀ ਤੈਨੂੰ ਮੈਂ ਤੈਨੂੰ ਕੀ ਦੱਸਾਂ ਵੀ ਹੁਣ ਪੈਰਾਂ 'ਚ ਤੇਰੇ ਹੋਵਾਂ ਤਾਂ ਫੇਰ ਤਾਂ ਮੈਨੂੰ ਕੋਈ ਸੋਚ ਹੀ ਨਹੀਂ ਹੈਗੀ ਕੀ ਨਾ ਭੈਣ ਜੀ ਤੁਹਾਡਾ ਮਨਪ੍ਰੀਤ ਕੌਰ ਤੇ ਕੀ ਮਸਲਾ ਇਹ ਜ਼ਹਿਰੀਲੀ ਦਵਾਈ ਫੜੀ ਫਿਰਦੇ ਤੁਸੀਂ ਬੱਚਿਆਂ ਦੇ ਨਾਲ ਬੱਚਿਆਂ ਦਵਾਈ ਫੜੀ ਫਿਰਦੇ ਮੈਨੂੰ ਕੋਈ ਫੋਨ ਤੇ ਧਮਕੀਆਂ ਦਿੰਦਾ ਆ ਕੋਈ ਏਦਾਂ ਹੀ ਪਿੰਡ ਦੇ ਮੁੰਡੇ ਆ ਕਿ ਗਲਤ ਮਲਤ ਮੈਨੂੰ ਬਹੁਤ ਬੋਲਦੇ ਆ ਔਰ ਮੈਨੂੰ ਹਰੇਉਣ ਦੀਆਂ ਧਮਕੀਆਂ ਦਿੰਦੇ ਕਿ ਜੇ ਤੂੰ ਸਾਡੇ ਨਾਲ ਕੋਈ ਕਿਸੇ ਬੰਦੇ ਨੂੰ ਕਿ ਨੰਬਰ ਦਿੱਤਾ ਆ ਕਿ ਜੇ ਤੂੰ ਇਹਦੇ ਨਾਲ ਗਲਤ ਰਿਲੇਸ਼ਨ ਨਹੀਂ ਰੱਖਦੀ ਤਾਂ ਤੇਰੇ 'ਤੇ ਹਰੇਉਣ ਦਾ ਕੋਈ ਨਾ ਕੋਈ ਨਾ ਕੋਈ ਇੱਦਾਂ ਕਿਸੇ ਦਾ ਪਰ ਕਰਾ ਕੇ ਤੈਨੂੰ ਪਰ ਤੇਰੇ 'ਤੇ ਪਰਚਾ ਕਰਾ ਦੇਣਾ ਆ ਕੀ ਨਾਮ ਵਿਅਕਤੀਆਂ ਦਾ ਜਿਹੜੇ ਫੋਨ ਕਰਦੇ ਨਿਸ਼ਾਨ ਸਿੰਘ ਅਤੇ ਉਪ ਮਿਸਤਰੀ ਸ਼ਾਨਾ ਸਿੰਘ ਨੰਬਰ ਮੇਰਾ ਦਿੱਤਾ ਆ ਗੁਰਜੰਟ ਸਿੰਘ ਨੇ ਉਪ ਜੂਰਾ ਇਹਦੀ ਦਰਖਾਸਤ ਦਿੱਤੀ ਕੋਈ ਹਾਂਜੀ ਥਾਣੇ ਖਾਲੜੇ ਦਰਖਾਸਤ ਪਰ ਕੋਈ ਸੁਣਵਾਈ ਨਹੀਂ ਹੈਗੀ ਵੀ ਅਸੀਂ ਤਾਂ ਉੱਥੇ ਕਦੀ ਕਿਸੇ ਕੋ ਚਾਹੀਦਾ ਕੋਈ ਕਿਸੇ ਕੋ ਭੇਜ ਦਿੰਦਾ ਕੋਈ ਕਿਸੇ ਕੋ ਭੇਜ ਦਿੰਦਾ ਅਸੀਂ ਤਾਂ ਹਾਰ ਕੇ ਅੱਕ ਕੇ ਕਿ ਮੈਂ ਉਦਾਂ ਦੇ ਕਿ ਕੱਲ੍ਹ ਵੀ ਗਏ ਹਾਂ ਕੋਈ ਸੁਣਵਾਈ ਨਹੀਂ ਕਰਨ ਦਿਆ ਸਾਡੀ ਵੀ ਰਿਕਾਰਡਿੰਗਾਂ ਵੀ ਕੋਈ ਫੋਨ ਰਿਕਾਰਡਿੰਗਾਂ ਹੈਗੀਆਂ ਹਾਂਜੀ ਰਿਕਾਰਡਿੰਗਾਂ ਵੀ ਮੈਂ ਕੀਤੀਆਂ ਜਿੰਨੇ ਟਾਈਮ 'ਤੇ ਆਈਆਂ ਖੁਦ ਜੋ ਜੋ ਬੋਲਣ ਦਿਆ ਮੈਂ ਰਿਕਾਰਡਿੰਗ ਕੀਤੀ ਹੋਈ ਆ ਅਤੇ ਜਿੰਨੇ ਵਜੇ ਮੈਨੂੰ ਫੋਨ ਲਾਏ ਮੈਂ ਉਹ ਵੀ ਹੀ ਸਭ ਕੁਛ ਹੀ ਪਰੂਫ ਮੇਰੇ ਕੋਲ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਣ ਦਈ ਵੀ ਕੀ ਗੱਲ ਧਮਕੀਆਂ ਦੇ ਦਿੰਦੇ ਬਹੁਤ ਧਮਕੀਆਂ ਦੇ ਦਿੰਦਾ ਕਹਿੰਦੇ ਜੇ ਤੂੰ ਰਾਜ਼ੀਨਾਮਾ ਨਾ ਕੀਤਾ ਤਾਂ ਅਸੀਂ ਤੈਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਜ਼ੁਲਮ 'ਚ ਫਸਾ ਦੇਵਾਂਗੇ ਕੀ ਗੱਲ ਕੀ ਰਿਕਾਰਡਿੰਗ ਆਈ ਡੀਐਸਪੀ ਬਣੇ ਡੁਪਲੀਕੇਟ ਇਹ ਬੋਲਦਾ ਆ ਕਿ ਮੈਂ ਡੀ 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 ਐਸ ਪੀ ਬੋਲਦਾ ਹਾਂ ਕੀ ਨਾਂ ਕੀ ਉਹਦਾ ਜਿਹੜਾ ਬੋਲਦਾ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਸ਼ਾਨਾ ਅਤੇ ਉਹ ਨਿਸ਼ਾਨ ਸਿੰਘ ਮਿਸਤਰੀ ਆ ਹੁਣ ਕੀ ਮੰਗ ਕੀ ਕਰਦੇ ਮੈਂ ਖਾਨ ਨੂੰ ਇਨਸਾਫ ਦਿੱਤਾ ਜਾਵੇ ਮੇਰੇ ਛੋਟੇ ਛੋਟੇ ਬੱਚੇ ਆ ਉਹਨੇ ਮੇਰੇ ਤੇ ਮੇਰੇ ਸਾਰੇ ਪਿੰਡ 'ਚ ਮੇਰੀ ਬਦਨਾਮੀ ਹੋ ਚੁੱਕੀ ਇਸ ਗੱਲ ਦੀ ਕਿ ਇਹ ਕੀ ਮੈਨੂੰ ਫੋਨ ਆਏ ਆ ਅਤੇ ਮੈਨੂੰ ਇਨਸਾਫ ਕੁਛ ਨਹੀਂ ਮਿਲਦਿਆ ਅਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਕਿ ਦਵਾਈ ਪੀ ਕੇ ਸਾਰੇ ਪਰਿਵਾਰ ਨੇ ਥਾਣੇ ਖਾਲੜੇ ਥਾਣੇ ਬੂਹੇ ਦੇ ਅੱਗੇ ਦਵਾਈ ਪੀ ਕੇ ਸਾਰੇ ਪਰਿਵਾਰ ਨੇ ਮਰ ਜਾਣਾ ਆ ਕਿੱਧਰ ਲੋਰੀ ਕਾਲ ਸਾਹਿਬ ਜੀ ਫਤਿਹ ਹਾਂਜੀ ਮੇਰਾ ਨਾਂ ਰਮਨਦੀਪ ਸਿੰਘ ਆ ਅਤੇ ਅਸੀਂ ਮਾਂ ਤੋਂ ਬੋਲਦੇ ਹਾਂ ਰਾਤ ਨੂੰ ਮੇਰੀ ਮੰਮਾ ਨੂੰ ਕਈ ਲੋਕ ਫੋਨ ਲਾ ਕੇ ਅਤੇ ਧਮਕੀਆਂ ਦਿੰਦੇ ਗਲਤ ਮਲਤ ਬੋਲਦੇ ਤੈਨੂੰ ਮੈਂ ਕਰ ਦੇਣਾ ਹੈਰੋਇਨ ਦਾ ਪਰਚਾ ਕਰਾ ਦੇਣਾ ਤੁਹਾਡੇ ਕਿਹੜੇ ਵਿਅਕਤੀ ਨੇ ਕੀ ਨਾਂ ਉਹਨਾਂ ਦਾ ਇੱਕ ਜੀ ਹੱਡ ਲੱਗੇ ਹਜੂਰਾ ਵਿਰ ਅਤੇ ਕਿਸ਼ਾਨਾ ਤੇ ਕੀ ਰਿਕਾਰਡਿੰਗਾਂ ਵੀ ਹੈਗੀਆਂ ਇਹਨਾਂ ਦੀਆਂ ਹਾਂਜੀ ਵੀਰ ਜੀ ਰਿਕਾਰਡਿੰਗਾਂ ਵੀ ਹੈਗੀਆਂ ਰਿਕਾਸ਼ ਵੀ ਕਹਿੰਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਅੱਜ ਜ਼ਹਿਰੀਲੀ ਦਵਾਈ ਕਾਹਤੋਂ ਫੜੀ ਫਿਰਦੇ
ਜੇ ਹੁਣ ਨਾਮ ਸਾਹਿਬ ਮਿਲਿਆ ਥਾਣੇ ਖਲ ਦੇ ਗਏ ਪੀ ਗਏ ਤੇ ਮਰ ਜਾਣਾ ਸਾਰੇ ਪਰਿਵਾਰ ਨੇ ਕੋਈ ਕਿਉਂ ਕੋਈ ਇਨਸਾਫ ਨਹੀਂ ਤੁਹਾਨੂੰ ਮਿਲਦਾ ਪਿਆ ਨਹੀਂ ਕੋਈ ਨਹੀਂ ਮਿਲਦਾ ਜੀ ਕੱਲ੍ਹ ਦਰਖਾਸਤ ਦਿੱਤੀ ਗੜ ਮੈਨੂੰ ਕਦੇ ਉੱਧਰ ਘੱਲ ਦਿੰਦੇ ਉੱਧਰ ਘੱਲ ਦਿੰਦੇ ਇਨਸਾਫ ਦੇ ਨਹੀਂ ਦੇ ਤੁਸੀਂ ਅੰਮ੍ਰਿਤਸਰ ਕਿਆ ਸਾਰੇ ਪਰਿਵਾਰ ਹਾਂਜੀ ਨਾ ਭਾਈ ਤੁਹਾਡਾ ਸਰ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਬਾਂਤਾਰਾ ਸਿੰਘ ਅਤੇ ਕੀ ਗੱਲ ਆ ਜੇ ਰੀਲੀ ਦਵਾਈ ਤੁਸੀਂ ਬੱਚਿਆਂ ਨਾਲ ਫੜੀ ਫਿਰਦਾ ਜੀ ਸਰ ਇੱਥੇ ਨਾ ਮੁੰਡੇ ਸਾਡੇ ਆਪ ਗੁਆਂਢੀ ਮੁੰਡਾ ਉਹ ਧਮਕੀਆਂ ਦਿੰਦਾ ਵੀ ਜੇ ਘਰ ਦੀ ਨਾ ਕੋਈ ਜੇ ਨਹੀਂ ਮੇਰੇ ਨਾਲ ਸੰਬੰਧ ਰੱਖਦੀ ਤਾਂ ਮੈਂ ਤੈਨੂੰ ਹੀਰਨ ਪਵਾ ਕੇ ਤੇਰੇ 'ਤੇ ਪਰਚਾ ਕਰਾ ਦੇਣਾ ਅਤੇ ਇਹ ਕਰਕੇ ਸਾਨੂੰ ਆਉਂਦੇ ਵੀ ਅਸੀਂ ਕੱਲ੍ਹ ਥਾਣੇ ਵੀ ਗਏ ਹਾਂ ਅਤੇ SHO ਨੇ ਕੋਈ ਸੁਣੀ ਸਾਡੀ ਸੁਣਵਾਈ ਨਹੀਂ ਕਰਦੇ ਅਤੇ ਜੇ ਨਹੀਂ ਫਿਰ ਅਸੀਂ ਖਾੜੇ ਦੇ ਬੂਹੇ ਗਿਆ ਦੁਆ ਪੀ ਕੇ ਅਸੀਂ ਆਪਦੀ ਆਤਮ ਹੱਤਿਆ ਕਰ ਲੈਣੀ ਕੀ ਨਾਮ ਬੰਦਿਆਂ ਦਾ ਤੇ ਨਿਸ਼ਾਨ ਸਿੰਘ ਮਿਸਤਰੀ ਅਤੇ ਗੁਰਜੰਟ ਸਿੰਘ ਜੂਰਾ ਅਤੇ ਕੀ ਤੁਸੀਂ ਥਾਣੇ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦੇ ਗਏ ਹਾਂ ਜੀ ਥਾਣੇ ਪਰ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਧਮਕੀਆਂ ਦਿੰਦੇ DSP ਬਣ ਕੇ ਜਾਲੀ ਅਸੀਂ ਆਹ ਪਰਤਾ ਪਰਾ ਤੁਹਾਡਾ ਤੁਹਾਡੇ ਉੱਤੇ ਹੀਰੋਇਨ ਪਾ ਦਾਂਗੇ ਤਾਂ ਜੇ ਅਸੀਂ ਰਿਕਾਰਡਿੰਗਾਂ ਸਾਡੇ ਕੋਲ ਹੈਗੀਆਂ ਅਤੇ ਦਰਖਾਸਤ ਦਿੱਤੀ ਥਾਣੇ ਅਤੇ ਥਾਣੇ ਕਬੂਲ ਵੀ ਮੰਨ ਵੀ ਗਏ ਵੀ ਅਸੀਂ ਆਖਿਆ ਆ ਅਤੇ ਥਾਣੇ ਵਾਲੀ ਸੁਣਵਾਈ ਨਹੀਂ ਸਾਡੀ ਕਰਦੇ ਕੋਈ ਕਿਹੜਾ ਥਾਣਾ ਜੀ ਥਾਣਾ ਖਾਲੜਾ ਜੀ ਅੱਛਾ ਅਤੇ ਦਵਾਈ ਕਾਹਤੋਂ ਫੜੀ ਫਿਰਦੇ ਜੇ ਨਹੀਂ ਇਨਸਾਫ਼ ਕਰਦੇ ਫਿਰ ਅਸੀਂ ਆਹ ਥਾਣੇ ਦੇ ਬੂਹੇ ਅੱਗੇ ਪੀ ਗਏ ਅਤੇ ਚਾਰੇ ਮਰ ਜਾਂਦੇ ਹਾਂ ਜੀ ਅੰਮ੍ਰਿਤਧਾਰੀ ਬੰਦੇ ਆ ਜੀ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਹਾਂ ਜੀ ਕੀ ਨਾਮ ਵੀਰ ਜੀ ਤੁਹਾਡਾ ਗੁਰਜੰਟ ਸਿੰਘ ਇੱਕ ਤੁਹਾਡੇ ਗੁਆਂਢ 'ਚ ਰਹਿੰਦੀ ਮਨਪ੍ਰੀਤ ਕੌਰ ਆ ਉਹਨੇ ਤੁਹਾਡੇ 'ਤੇ ਇਲਜ਼ਾਮ ਲਾਏ ਆ ਕਿ ਤੁਸੀਂ ਉਹਨਾਂ ਦਾ ਨੰਬਰ ਗਾਂਹ ਦਿੱਤਾ ਅਤੇ ਉਹਨਾਂ ਨੂੰ ਬਲੈਕਮੇਲ ਕਰਨ ਦੇ ਕਿ ਉਹਨਾਂ ਨਾਲ ਸਰੀਰਕ ਸੰਬੰਧ ਬਣਾਉ ਨਹੀਂ ਤੁਹਾਡਾ ਝੂਠਾ ਪਰਚਾ ਦਰਜ ਕਰਾ ਦਿੱਤਾ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਗੀ ਅਤੇ ਪਹਿਲਾਂ ਉਹਨਾਂ ਦੇ ਘਰ ਜਾਂਦੇ ਜ਼ਰੂਰ ਸਾਂ ਪਰ ਚਾਚਾ ਜੀ ਨੇ ਇਹ ਗੱਲ ਕਹੀ ਵੀ ਸਾਡੇ ਘਰ ਨਹੀਂ ਆਉਣਾ ਚਾਹੀਦਾ ਅਤੇ ਮੈਂ ਉਹ ਤੋਂ ਬਾਅਦ ਉਹਨਾਂ ਦੇ ਘਰ ਵੀ ਨਹੀਂ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਇਲਜ਼ਾਮ ਲਾ ਦਿੱਤਾ ਮੇਰੇ ਮਨਪ੍ਰੀਤ ਕੌਰ ਕੀ ਲੱਗਦੀ ਤੁਹਾਡੀ ਚਾਚੀ ਲੱਗਦੀ ਚਾਚੀ ਹੈ ਤੁਹਾਨੂੰ ਹਾਂਜੀ ਗੁਆਂਢ ਘਰੇਲੂ ਗੁਆਂਢ ਹੀ ਲੱਗਦੀ ਸ਼ਰੀਕੇ 'ਚੋਂ ਅਤੇ ਕੀ ਗੱਲ ਕੀ ਇਲਜ਼ਾਮ ਕਾਹਤੋਂ ਲਾ ਰਹੇ ਨੇ ਇਹ ਇਹੀ ਪਹਿਲਾਂ ਉਹਨਾਂ ਦੇ ਘਰ ਆਉਂਦੇ ਜਾਂਦੇ ਆ ਅਤੇ ਹੁਣ ਲੋਨ ਲੂਨ ਉਹਨਾਂ ਦੇ ਘਰ ਚੱਲਦੇ ਆ ਨਾ ਅੱਛਾ ਵੀ ਲੋਨ ਲੂਨ ਪਾਉਂਦੀ ਆ ਵੀ ਉਹਦੇ ਥੱਲੇ ਗਰੁੱਪ ਵਾਹਵਾ ਚੱਲਦੇ ਆ ਅਤੇ ਤਦ ਕਰਕੇ ਆਈ ਜਾਈਦਾ ਅਤੇ ਹੁਣ ਆਈ ਜਾਈਦਾ ਨਹੀਂ ਉਸ ਤੋਂ ਬਾਅਦ ਜਦੋਂ ਚਾਚਾ ਜੀ ਨੇ ਕਿਹਾ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਗਿਆ ਜੀ ਅਤੇ ਜਿਹੜੀ ਰਿਕਾਰਡਿੰਗ ਹੈ ਜੀ ਹਾਂਜੀ ਜਿਹੜੀ ਰਿਕਾਰਡਿੰਗ ਆ ਉਹ ਰਿਕਾਰਡਿੰਗ ਤੁਹਾਡੀ ਆ ਜਿਹੜੀ ਮਾਫੀਆਂ ਮੰਗਣ ਦੀ ਨਹੀਂ ਨਹੀਂ ਸਰ ਉਹਦੇ ਬਾਰੇ ਪਤਾ ਨਹੀਂ ਆਪਾਂ ਨੂੰ ਕਿਹਦੀ ਆ ਅਤੇ ਕਿਹਦੀ ਨਹੀਂ ਵੀਰ ਜੀ ਤੁਹਾਡਾ ਨਿਸ਼ਾਨ ਸਿੰਘ ਵੀਰ ਜੀ ਇੱਕ ਤੁਹਾਡੇ ਪਿੰਡ ਦੀ ਮਨਪ੍ਰੀਤ ਕੌਰ ਆ ਉਹਨੇ ਤੁਹਾਡੇ 'ਤੇ ਇਲਜ਼ਾਮ ਲਾਏ ਕਿ ਤੁਸੀਂ ਉਹਨੂੰ ਫੋਨ ਕੀਤਾ ਨਕਲੀ DSP ਬਣ ਕੇ ਕਿ ਜ਼ਿਆਦਾ ਨਜਾਇਜ਼ ਸੰਬੰਧ ਬਣਾ ਨਹੀਂ ਤਾਂ ਤੁਹਾਡੇ 'ਤੇ ਪਰਚਾ ਮੈਂ ਦਰਜ ਕਰਾਊਂਗਾ ਕੀ ਮਾਮਲਾ ਜੀ ਨਹੀਂ ਜੀ ਕੋਈ ਮਾਮਲਾ ਮੈਂ ਕੋਈ ਉਹਨਾਂ ਮੇਰੀ ਗੱਲਬਾਤ ਕੋਈ ਨਹੀਂ ਨਾ ਮੈਂ ਕੋਈ ਰਿਕਾਰਡਿੰਗ ਕੀਤੀ ਨਾ ਫੋਨ ਕੀਤਾ ਕੋਈ ਗੱਲਬਾਤ ਨਹੀਂ ਫੋਨ ਤੁਸੀਂ ਨਹੀਂ ਕੀਤਾ ਨਹੀਂ ਅਤੇ ਜਿਹੜੀ ਉਹਨਾਂ ਕੋਲ ਰਿਕਾਰਡਿੰਗ ਆ ਰਿਕਾਰਡਿੰਗ ਜੀ ਚੈੱਕ ਕਰਾ ਲਾਂਗੇ ਕਿੱਥੇ ਮਰਜ਼ੀ ਚੈੱਕ ਕਰਾ ਲਾਂਗੇ ਮੇਰੀ ਰਿਕਾਰਡਿੰਗ ਕੀ ਗੱਲ ਤੁਹਾਡੇ 'ਤੇ ਕਿਉਂ ਇਲਜ਼ਾਮ ਲਾਉਂਦੇ ਉਹ ਜੀ ਮਾਂ ਕੋਈ ਘਰੇਲੂ ਮਸਲਾ ਉਹਦੇ ਕਰਕੇ ਥੋੜ੍ਹਾ ਜਿਹਾ ਸਾਡੇ 'ਤੇ ਇਲਜ਼ਾਮ ਲਾਉਂਦੇ ਉਹ ਜਿਹੜੇ ਬੰਦੇ ਫੜੇ ਫੁੜੇ ਉਹਨਾਂ ਦੇ ਕਰਕੇ ਇਲਜ਼ਾਮ ਲੱਗ ਜਾਂਦੇ ਨਜਾਇਜ਼ ਲਾਉਂਦੇ ਨਜਾਇਜ਼ ਇਲਜ਼ਾਮ ਉਹ ਗਾਲੀ ਗਲੋਚ ਬਾਰੇ ਦਰਖਾਸਤ ਮਸ਼ਹੂਰ ਹੋਈ ਹੈ ਦੋਵੇਂ ਪਾਰਟੀਆਂ ਨੂੰ ਗੱਲ ਕੀਤਾ ਗਿਆ ਸੀ ਅਤੇ ਉਹਦੇ ਬਾਰੇ ਕਾਨੂੰਨੀ ਰਾਏ ਲੈ ਰਹੇ ਸਰ ਉਹ ਪਰਿਵਾਰ ਅੱਜ ਜ਼ਹਿਰੀਲੀ ਦਵਾਈ ਲਈ ਫਿਰਦਾ ਹੈ ਕਹਿੰਦਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਤਾਂ ਅਸੀਂ ਜ਼ਹਿਰੀਲੀ ਦਵਾਈ ਪੀ ਕੇ ਮਰ ਜਾਣਾ ਥਾਣੇ ਦੇ ਸਾਹਮਣੇ ਇਹੋ ਜਿਹੀ ਕੋਈ ਗੱਲ ਨਹੀਂ ਜਾਣ ਦਾ ਗੱਲ ਨਹੀਂ